ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬੀ ਦਾ 8ਵੀਂ ਜਮਾਤ ਵਾਲਿਆਂ ਦਾ ਮਾਡਲ ਟੈਸਟ ਪੇਪਰ ਕਰਾਂਗੇ ਮੈਨਸ ਜਿਹੜਾ ਕਿ ਤੁਹਾਡੇ ਬੋਰਡ ਦੇ ਪੇਪਰ ਹੋਣ ਜਾ ਰਹੇ ਆ ਉਹਨਾਂ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੇ ਕਿ ਮੋਸਟ ਇੰਪੋਰਟੈਂਟ ਬੋਰਡ ਦੇ ਪੇਪਰਾਂ ਦੇ ਰਿਲੇਟਡ ਕੁਐਸਚਨ ਨੇ ਉਹ ਵਿਦ ਸੋਲੂਸ਼ਨ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਰਾਂਗੇ ਸਾਰਾ ਜਿਹੜਾ ਵੀਡੀਓ ਹੈ ਹੈਗੀ ਹੈ ਹੱਲ ਸਹਿਤ ਹੈ ਮਤਲਬ ਤੁਹਾਨੂੰ ਨਾਲ ਦੀ ਨਾਲ ਸੋਲੂਸ਼ਨ ਇਹਨਾਂ ਦਾ ਦਿਖੂਗਾ ਤੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਜਿਹੜਾ 8ਵੀਂ ਕਲਾਸ ਦੇ ਬੋਰਡ ਦੇ ਪੇਪਰ ਵਿਦ ਸੋਲੂਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਟੈਲੀਗ੍ਰam ਚੈਨਲ ਨੀਚੇ ਡਿਸਕ੍ਰਿਪਸ਼ਨ ਚ ਲਿੰਕ ਪਿਆ ਹੈ ਉਹਨੂੰ ਜੁਆਇਨ ਕਰ ਲਓ ਜਾ ਕੇ ਕਿਉਂਕਿ ਤੁਹਾਨੂੰ ਇਹ ਪੀਡੀਐਫ ਇਸ ਦੀ ਚਾਹੀਦੀ ਹੋਗੀ ਤਾਂ ਜ਼ਰੂਰਤ ਪਊਗੀ ਤਾਂ ਤੁਸੀਂ ਲੈ ਸਕਦੇ ਹੋ ਸਭ ਤੋਂ ਪਹਿਲਾਂ ਪੇਪਰ ਪੈਟਰਨ ਦੇਖੋ ਕਿ ਤੁਹਾਨੂੰ ਸਭ ਤੋਂ ਪਹਿਲਾਂ 5 ਨੰਬਰ ਦਾ ਇੱਕ ਪੈਰਾਗ੍ਰਾਫ ਆਏਗਾ ਪੈਰੇ ਦੇ ਵਿੱਚੋਂ ਤੁਸੀਂ ਕੁਐਸਚਨ ਆਨਸਰ ਲੱਭਣੇ ਨੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਰੂਪ ਨਕਰਦਾ ਪਹਿਲਾ ਨਾਮ ਕੀ ਸੀਗੀ ਤਾਂ ਕੀ ਸੀਗਾ ਰੋਪੜ ਠੀਕ ਹੈ ਪੈਰਾਗ੍ਰਾਫ ਹੈ ਤੇ ਤੁਹਾਡਾ ਪੇਪਰ ਜਿਹੜਾ ਕਿ ਹੋਣਾ ਉਹ 90 ਨੰਬਰਾਂ ਦਾ ਹੋਣਾ ਹੈ ਪੰਜਾਬੀ ਅਗੇ ਅਗਰ ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾ ਵਿੱਚ ਵਸਿਆ ਹੋਇਆ ਤਾਂ ਕਿਹੜੀਆਂ ਸ਼ਿਵਾਲਿਕ ਪਹਾੜੀਆਂ ਦੇ ਅਗੇ ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ਤਾਂ ਕਿਹੜਾ ਦਰਿਆ ਰੂਪਨ ਕੋਲੋਂ ਵਹਿੰਦਾ ਹੈ ਸਤਲੁਜ ਅਗੇ ਰੂਪਨਗਰ ਸ਼ਹਿਰ ਦਾ ਨਾਂ ਕਿਸ ਕਾਰਨ ਟੁਕਵਾ ਹੈ ਤੇ ਕਿਹੜਾ ਸੁੰਦਰਤਾ ਰੋਪੜ ਦਾ ਨਾਮ ਬਦਲਣ ਸਮੇ ਪੰਜਾਬ ਦੇ ਮੁੱਖ ਮੰਤਰੀ ਕੌਣ ਸੀ ਗਿਆਨੀ ਜੈਲ ਸਿੰਘ ਠੀਕ ਹੈ ਅੱਗੇ ਹੁਣ ਨੈਕਸਟ ਦੇਖਦੇ ਆ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉਹਨਾਂ ਦੇ ਉੱਤਰ ਦੇਣੇ ਆ ਮੈਂ ਤੁਹਾਨੂੰ ਇੱਕ ਹੋਰ ਪੈਰਾ ਆਏਗਾ 5 ਮਾਰਕਸ ਦਾ ਬੱਚਿਓ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਜਿਹੜੇ ਪੈਰਾਗ੍ਰਾਫਾਂ ਵਿੱਚੋਂ ਕੁਐਸਚਨ ਆਂਸਰ ਲੱਭਣੇ ਹੁੰਦੇ ਨੇ ਇਹ ਫ੍ਰੀ ਦੇ ਨੰਬਰ ਹੁੰਦੇ ਨੇ ਪਲੀਜ਼ ਇਹਨੂੰ ਧਿਆਨ ਨਾਲ ਪੜਿਆ ਕਰੋ ਤੁਸੀਂ ਪਹਿਲਾਂ ਵੀਡੀਓ ਨੂੰ ਪੋਜ਼ ਕਰਕੇ ਪੜੋ ਤੇ ਨੀਚੇ ਦੇਖੋ ਤੁਹਾਨੂੰ ਆਂਸਰ ਕਿਵੇਂ ਮਿਲਦੇ ਆ ਫਰਸਟ ਕੁਐਸਚਨ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ ਕਿੱਥੇ ਹੋਇਆ ਤਾਂ ਕਿੱਥੇ ਹੋਇਆ ਸੀ ਬਠਿੰਡਾ ਜੀਰਾ ਸ਼੍ਰੀ ਮੁਕਸਸਾ ਸਾਹਿਬ ਫਰੀਦਕੋਟ ਤਾਂ ਕਿੱਥੇ ਹੋਇਆ ਸੀ ਜੀਰਾ ਚ ਅਗਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ 10ਵੀਂ ਕਿਹੜੇ ਸਾਲ ਵਿੱਚ ਪਾਸ ਕੀਤੀ ਸੀ 1924 ਵਿੱਚ ਅਗਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਗਾਇਆ ਗਿਆ ਸੀ ਤਾਂ ਚੰਡੀਗੜ੍ਹ ਵਿੱਚ ਲਗਾਇਆ ਗਿਆ ਸੀ ਅਗਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ ਸੀ ਤਾਂ ਕਿਹਦੀ ਕੀਤੀ ਸੀ ਡਾਕਟੋਰੇਟ ਦੀ ਅੱਗੇ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ICSE ਦੀ ਪ੍ਰਤੀਯੋਗਤਾ ਕਿੱਥੋਂ ਪਾਸ ਕੀਤੀ ਸੀ ਲੰਡਨ ਤੋਂ ਅੱਗੇ ਹੈਗਾ ਪ੍ਰੋਗਤ ਪੈਰਿਆ ਵਿੱਚ ਕੋਈ ਤਿੰਨ ਪੜਨਾਮ ਸ਼ਬਦ ਲਿਖਣੇ ਇਹ ਉਹ ਨਾ ਉਸ ਤੇ ਨਾ ਵਿੱਚੋਂ ਤੁਸੀਂ ਪੜਾਣੇ ਵਿੱਚੋਂ ਪੜ੍ਹ ਕੇ ਪਰਨਾਮ ਦੱਸਣੇ ਪਰਨਾਮ ਉਹ ਹੁੰਦੇ ਨੇ ਜਿਹੜੇ ਕਿ 3rd ਤ 3rd ਪਰਸਨ ਨੂੰ ਜਿੱਦਾਂ ਕੀ ਹੁੰਦਾ ਉਹ ਤੂੰ ਤੁਸੀਂ ਅਸੀਂ ਠੀਕ ਹੈ ਮੈਂ ਤੂੰ ਤੈਨੂੰ ਇਹ ਸਾਰੇ ਪਰਨਾਮ ਹੁੰਦੇ ਆ ਠੀਕ ਹੈ ਅੱਗੇ ਨੈਕਸਟ ਹੈਗਾ ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਅਪਰੇਸ਼ਨਾਂ ਦੇ ਸਹੀ ਵਿਕਰਪ ਚੁਣਨੇ ਆ ਪੀਤਾ ਸ਼ਬਦ ਦਾ ਲਿੰਗ ਕੀ ਹੋਊਗਾ ਮਾਤਾ ਅੱਗੇ ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਕਿਰਿਆ ਕਿਹੜਾ ਬਣਾਇਆ ਅੱਗੇ ਪਹਾੜ ਇਸਤਰੀ ਲਿੰਗ ਹੈ ਜਾਂ ਪੁਲਿੰਗ ਦਾ ਪਹਾੜ ਦੱਸਣਾ ਇਸਤਰੀ ਲਿੰਗ ਹੈ ਜਾਂ ਪੁਲਿੰਗ ਦਾ ਤਾਂ ਇਸਤਰੀ ਲਿੰਗ ਨਹੀਂ ਹੈਗਾ ਇਹ ਪੁਲਿੰਗ ਹੈ ਠੀਕ ਹੈ ਅੱਗੇ ਹੈਗਾ ਛੀਲ ਦਾ ਬਹੁਵਚਨ ਕੀ ਹੋਵੇਗਾ ਛੀਲ ਦਾ ਬਹੁਵਚਨ ਛੀਲ ਮਤਲਬ ਇੱਕ ਤੇ ਬਹੁਵਚਨ ਬਹੁਤ ਸਾਰੇ ਤਾਂ ਕਿਹਾਊਗਾ ਛੀਲਾ ਅਗੇ ਨੈਕਸਟ ਹੈਗਾ ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖਿਆ ਨੂੰ ਵਿਸ਼ਰਾਮ ਚਿੰਨ ਲਗਾਣਾ ਹੈ ਜੋੜਨ ਨੂੰ ਇਹ ਕਹਿੰਦੇ ਡੰਡੀ ਵਿੱਚ ਡੰਡੀ ਕੋਮਾ ਕੋਮਾ ਫਿਰ ਬ੍ਰੈਕਟ ਫਿਰ ਬ੍ਰੈਕਟ ਬੰਦ ਦੇ ਇਦਾਂ ਉਪਰੋਕਤ ਪੈਰਿਆਂ ਵਿੱਚ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰਨਾ ਹੈ ਪਾਸਤਾ ਕੀ ਹੁੰਦਾ ਫੇਲ ਉੱਪਰਲੇ ਦਾ ਕੀ ਹੁੰਦਾ ਹੇਠਲਾ ਉੱਚੇ ਦਾ ਕੀ ਹੁੰਦਾ ਨੀਵਾ ਤੇ ਨਵਾਂ ਕਿਹੜਾ ਹੁੰਦਾ ਪੁਰਾਣਾ ਵੱਡੀ ਕਿਹੜਾ ਹੁੰਦਾ ਛੋਟੀ ਠੀਕ ਹੈ ਅੱਗੇ ਹੈਗਾ ਉਸ ਤੋ ਨੈਕਸਟ ਹੈਗਾ ਭਾਗ ਐਡਾ ਭਾਗੜਾ ਹੈਟ ਲਿਖਿਆ ਕਾਵ 17 ਦਾ ਭਾਵ ਸਤਵ ਸਪਸ਼ਟ ਕਰਨਾ ਹੈ ਮੈਂ ਸੂਰਜ ਤੋਂ ਹੋਈ ਪੈਦਾ ਦੁਆਲੇ ਘੁੰਮਣਾ ਪੱਕੇ ਕਾਇਦਾ ਗਰਮੀ ਮੀਂਹ ਬਸੰਤ ਸਿਆਲ ਆਕੇ ਪੁੱਛਣ ਮੇਰਾ ਹਾਲ ਤਾਂ ਇਸ ਕਾਵ ਟੋਟੇ ਵਿੱਚ ਕਵੀ ਧਰਤੀ ਬਾਰੇ ਦੱਸਦਾ ਹੈ ਕਹਿੰਦਾ ਹੈ ਕਿ ਧਰਤੀ ਦਾ ਜਨਮ ਸੂਰਜ ਤੋਂ ਹੋਇਆ ਹੈ ਤੇ ਸੂਰਜ ਦੁਆਲੇ ਘੁੰਮਣਾ ਧਰਤੀ ਦਾ ਪੱਕਾ ਨਿਯਮ ਹੈ ਵਕਫਾ ਕਰੁੱਤਾ ਜਿਵੇਂ ਗਰਮੀ ਮੀਂਹ ਬਸੰਤ ਸਿਆਲ ਵਾਰੋ ਵਾਰੀ ਧਰਤੀ ਦਾ ਹਾਲ ਪੁੱਛਦੀਆਂ ਜਾਂ ਜੇ ਕਿਦਰੇ ਹਾਰਾਂ ਲੱਖ ਮੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੇ ਕੋਲ ਮੇਰੇ ਜਿੱਤ ਵਿੱਚ ਰੱਖ ਵਿਸ਼ਵਾਸ ਠੀਕ ਹੈ ਤਾਂ ਇਹ ਇੱਕ ਹੈਗਾ ਤਾਂ ਇਸ ਦਾ ਹੁਣ ਉੱਤਰ ਕੀ ਹੋਗਾ ਇਹ ਸਤਰ ਹੈ ਇਹ ਚ ਕਵੀ ਕਹਿੰਦਾ ਹੈ ਜੇ ਕਦੇ ਹਾਰਾਂ ਤੋਂ ਹਾਰਾ ਹੋਣ ਨਾਲ ਤੇਰੇ ਸਭ ਕੁਝ ਬਰਬਾਦ ਹੋ ਜਾਵੇ ਤਾਂ ਤੇਰੇ ਮਨ ਵੀ ਉਦਾਸ ਹੋ ਜਾਵੇ ਤਾਂ ਤੈਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੀਵਨ ਇੱਕ ਸੰਘਰਸ਼ ਹੈ ਇਸ ਵਿਸ਼ਵਾਸ ਨਾਲ ਅੱਗੇ ਵਧਣਾ ਜਾਣਾ ਚਾਹੀਦਾ ਹੈ ਕਿ ਇੱਕ ਦਿਨ ਤੇਰੀ ਜਿੱਤ ਜ਼ਰੂਰ ਹੋਵੇਗੀ ਅੱਗੇ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ ਦੇਸ਼ ਭਗਤਾ ਦਾ ਜ਼ਿਕਰ ਆਇਆ ਹੈ ਜੈ ਭਾਰਤ ਮਾਤਾ ਕਵਿਤਾ ਵਿੱਚ ਸੀਧ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਲਾਲ ਲਾਜਪਤ ਰਾਏ ਝਾਂਸੀ ਦੀ ਰਾਣੀ ਲక్ష్ਮੀ ਬਾਈ ਸ਼ਿਵਾ ਜੀ ਮਹਾਰਾਟਾ ਮਹਾਰਾਣਾ ਪ੍ਰਤਾਪ ਗਦਰੀ ਬਾਬੇ ਜਹੇ ਸੂਰਬੀਰ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਅੱਗੇ ਹੈਗਾ ਪੰਜਾਬ ਕੋਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਹੁਣ ਇਹ ਦੱਸਣਾ ਆਪਾਂ ਕਿਉਂ ਕਰ ਲਿਆ ਸੀਗਾ ਜਦੋਂ ਫਤਰੇ ਦਾ ਘੁੱਗ ਵੱਜਿਆ ਸੀ ਤਾਂ ਸਭ ਪਾਸੇ ਬੱਤੀਆਂ ਬੁੱਝ ਗਈਆਂ ਬੰਦੇ ਬੱਚੇ ਮੱਜੀਆਂ ਤੇ ਉਤਰ ਕੇ ਧਰਤੀ ਤੇ ਮੋਢੇ ਹੋ ਕੇ ਲੇਟ ਪਏ ਬੰਬਾਂ ਧਮਾਕਿਆਂ ਨਾਲ ਦਰਵਾਜ਼ੇ ਖਿੜਕੀਆਂ ਖੜਖੜ ਕਰਨ ਲੱਗੇ ਦੂਸਰੇ ਉਸ ਦੇ ਦਰਵਾਜ਼ੇ ਅੱਗੇ ਜੋ ਬੰਬ ਡਿੱਗਾ ਸੀ ਉਸ ਦੇ ਮਨ ਤੇ ਇਸ ਗੱਲ ਦਾ ਵੀ ਪੈ ਸੀ ਉਹ ਬੰਬਾਂ ਦੀ ਜ਼ਹਿਰੀਲੀ ਪਾਫ ਤੋਂ ਵੀ ਡਰਦੀ ਇਸ ਲਈ ਪੰਜਾਬ ਕੋਰ ਨੇ ਆਪਣੇ ਬੱਚਿਆਂ ਦੀ ਸਲਾਮਤੀ ਵਾਸਤੇ ਘਰ ਛੱਡਣ ਦਾ ਫੈਸਲਾ ਕਰ ਲਿਆ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਰ ਰਚਨਾ ਕਿਹੜੀ ਆ ਉਸ ਬਾਰੇ ਕੁਝ ਸਤਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਰ ਰਚਨਾ ਸੁਖਮਣੀ ਸਾਹਿਬ ਹੈ ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ ਸੰਤ ਭਗਤ ਬ੍ਰਹਮ ਗਿਆਨੀ ਜੀਵਨ ਜੁਗਤ ਆदि ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ ਅੱਗੇ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ ਪੰਜਾਬ ਦੇ ਲੋਕ ਨਾਚ ਹੈਗਾ ਗਿੱਧਾ ਭੰਗੜਾ ਝੂਮਰ ਲੁੱਡੀ ਤਮਾਲ ਸੰਮੀਤੇ ਕਿਕਲੀ ਆਦਿ ਹਨ ਅਗੇ ਨੈਕਸਟ ਹੈਗਾ ਇਹ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਕਿਹੜੇ ਕਿਹੜੇ ਥਾਵੇਂ ਦੇਖਿਆ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਰੋਕ ਗਾਰਡਨ ਰੋਜ਼ ਗਾਰਡਨ ਪੰਜਾਬ ਯੂਨੀਵਰਸਿਟੀ ਅਜਾਇਬ ਘਰ ਸੁਖਨਾ ਝੀਲ ਅਤੇ ਹੋਰ ਕਈ ਮਹੱਤਵਪੂਰਨ ਥਾਵੇਂ ਵੇਖਿਆ ਬੱਚਿਆਂ ਨੂੰ ਕਿਹੜੀ ਗੱਲ ਜਿਹੜੀ ਕਿ ਭੈਸਾਗਰ ਲੱਗਦੀ ਸੀ ਤੇ ਕਿਉਂ ਬੱਚਿਆਂ ਨੂੰ ਖੇਤਾਂ ਵਿੱਚ ਰੋਟੀ ਲੈ ਕੇ ਜਾਣ ਵਾਲੀ ਗੱਲ ਭੈਸਾਗਰ ਲੱਗਦੀ ਸੀ ਕਿਉਂਕਿ ਘਰ ਵਿੱਚ ਸਿਆਣਾ ਕੋਲ ਨਰਕ ਸਵਰਗ ਦੀਆਂ ਕਹਾਣੀਆਂ ਸੁਣ ਸੁਣ ਕੇ ਉਹਨਾਂ ਦੇ ਦਿਲ ਦਿਮਾਗ ਤੇ ਭੂਤ ਭਰੇਤਾਂ ਦਾ ਡਰ ਜਿਹਾ ਬੈਠ ਗਿਆ ਸੀ ਅਗੇ ਵੇਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਸੀ ਵੇਲੇ ਸਮੇਂ ਵਿੱਚ ਪੰਜਾਬੀ ਆਪਣਾ ਵੰਜਲੀ ਅਰਥਾਤ ਬੰਸਰੀ ਅਲਗੋਜਿਆ ਦੀ ਤਾਨ ਛੇੜਦੇ ਤਾਂਬੇ ਦੀ ਤਾਰ ਟੁੰਡੂਣ ਦੇ ਇਹਨਾਂ ਸਾਜ਼ਾਂ ਦੇ ਨਾਲ ਕੋਈ ਮਿਰਚੇ ਦੀਆਂ ਹੇਖਾ ਲਾਉਂਦਾ ਤੇ ਕੋਈ ਵਾਰਸ ਦੀ ਹੀਰ ਦੀਆਂ ਤਰਜਾ ਛੇੜਦਾ ਅਤੇ ਇਸ ਤਰ੍ਹਾਂ ਵਿਲੇ ਸਮੇਂ ਵਿੱਚ ਪੰਜਾਬ ਲੋਕ ਗੀਤ ਲੋਕ ਸਾਜਾਂ ਨਾਲ ਆਪਣਾ ਮਨੋਰੰਜਨ ਕਰਦੇ ਕੋਈ ਪੰਜ ਮੁਹਾਵਰਿਆਂ ਦੇ ਵਾਕ ਬਣਾਉਣੇ ਹੈਗੇ ਦਿਲਾਸਾ RAM ਦੇ ਪਿਤਾ ਦੇ ਮਰਨ ਤੇ ਉਸ ਦੇ ਚਾਚੇ ਨੇ ਉਸ ਨੂੰ ਦਿਲਾਸਾ ਦਿੱਤਾ ਥੜ-ਥੜ ਕੰਬਣਾ ਸ਼ਰਾਰਤਾ ਕਰਦੇ ਦੀਪਕ ਨੂੰ ਜਦ ਉਸਦੇ ਦਾਦਾ ਜੀ ਨੇ ਦਬਕਾ ਮਾਰਿਆ ਤਾਂ ਉਹ ਥੜ-ਥੜ ਕੰਬੜ ਲੱਗ ਪਿਆ ਅਗਲਾ ਹੈਗਾ ਯੋਗਦਾਨ ਤਯੋਗਦਾਨ ਚ ਤੁਸੀਂ ਲਿਖਿਆ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਸੀ ਦੰਦ ਖੱਟੇ ਕਰਨਾ 1971 ਦੀ ਜੰਗ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀਆਂ ਦੇ ਚੰਗੇ ਦੰਦ ਖੱਟੇ ਕੀਤੇ ਮੰਜਲ ਮਿਹਨਤ ਕਰਨ ਵਾਲੇ ਲੋਕ ਹਰੇਕ ਮੰਜ਼ਲ ਤੇ ਪਹੁੰਚ ਸਕਦੇ ਹਨ ਹਿੰਮਤ ਹਿੰਮਤ ਕਰਨ ਨਾਲ ਮਨ ਦੀ ਹਰੇਕ ਇੱਛਾ ਪੂਰੀ ਹੁੰਦੀ ਹੈ ਅੱਗੇ ਫੁੱਲੇ ਨਾ ਸੁਵਾਣਾ ਕਲਾਸ ਵਿੱਚ ਫਰਸਟ ਆਉਣ ਤੇ ਰਾਦਾ ਫੁੱਲੀ ਨਹੀਂ ਸੁਵਾਉਂਦੀ ਪ੍ਰਤਿਭਾ ਵਹਾਤਵਾ ਗਾਂਧੀ ਜੀ ਬਹੁ ਪੱਖੀ ਪ੍ਰਤਿਭਾ ਦੇ ਮਾਲਕ ਸਨ ਅੱਗੇ ਹੈਗਾ ਉਸ ਦਾ ਭਰਾ ਬੜਾ ਸੋਹਣਾ ਹੈ ਤਾਂ ਉਸ ਦਾ ਭਰਾ ਕੀ ਆਏਗਾ ਉਹ ਨਾਮ ਅੱਗੇ ਹੈ ਲਿਖੇ ਵਿਸ਼ਾ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖਣਾ ਹੈ ਆਖਰੀ ਡੇਟਾ ਮੇਲਾ ਪ੍ਰਦੂਸ਼ਣ ਦੀ ਸਮੱਸਿਆ ਅਖਬਾਰਾਂ ਦੇ علاوہ ਨਹੀਂ ਹੈ ਜਿਹੜਾ ਪਗ ਜਾਂ 15 ਅਗਸਤ ਆਖਰੀ ਡੇਟਾ ਮੇਲੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਹੁਣੇ ਪੌਜ਼ ਕਰੋ ਪੌਜ਼ ਕਰਕੇ ਤੁਸੀਂ ਕਮੈਂਟ ਕਰਨਾ ਹੈ ਕਿ ਕਿਹੜੇ ਵਿਸ਼ਾ ਨੇ ਪੌਜ਼ ਕਰਕੇ ਵੀਡੀਓ ਨੂੰ ਦੇਖੀ ਹੈ ਤੇ ਵੀਡੀਓ ਨੂੰ ਪੋਸ ਕਰੋ ਤੇ ਆਖੀ ਡਿੱਠਾ ਮੇਲਾ ਜਿਹੜਾ ਕਿ ਤੁਸੀਂ ਰੀਡ ਕਰੋ ਤੇ ਅਗਰ ਪੀਡੀਐਫ ਚਾਹੀਦੀ ਹੈ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਅਗਿਆ ਪਰਤੂਸ਼ਨ ਦੀ ਸਮੱਸਿਆ ਵੀ ਦੇਖ ਸਕਦੇ ਹੋ ਕਿੰਨੇ ਅੱਛੇ ਤਰੀਕੇ ਨਾਲ ਜਿਹੜਾ ਕਿ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਿਆ ਗਿਆ ਅਗਿਆ ਅਖਬਾਰਾਂ ਦੇ ਲਾਭ ਹਾਨੀਆਂ ਵੀ ਜਿਹੜਾ ਕਿ ਇਹਦੇ ਚ ਹੱਲ ਕੀਤਾ ਗਿਆ ਸਾਰੇ ਹੱਲ ਕੀਤੇ ਗਏ ਨੇ ਪੀਡੀਐਫ ਚਾਹੀਦੀ ਹੈ ਨੀਚੇ ਕਰ ਲਓ ਜੋਇਨ ਕਰ ਲਓ ਤੇ ਇਹ ਵਾਲੇ ਤੁਸੀਂ ਪੀਡੀਐਫ ਲੈ ਕੇ ਦੇਖ ਸਕਦੇ ਹੋ ਜਿਹੜੇ ਬੱਚੇ ਪੀਡੀਐਫ ਨਹੀਂ ਲੈਣਾ ਚਾਹੁੰਦੇ ਨਹੀਂ ਟੈਲੀਗ੍ਰam ਹੈਗਾ ਵੀਡੀਓ ਨੂੰ ਪੋਸ ਕਰੋ ਹੁਣੇ ਧਿਆਨ ਨਾਲ ਦੇਖੋ ਅਗੇ ਸੀਰ ਭਗਾ ਸਿੰਘ ਸੀਰ ਭਗਾ ਸਿੰਘ ਜੀ ਦਾ ਧਿਆਨ ਨਾਲ ਦੇਖੋ ਵੀਡੀਓ ਨੂੰ ਪੋਸ ਕਰਕੇ ਯਾਦ ਕਰੋ ਇਹਨੂੰ ਪੇਪਰ ਤੁਹਾਡਾ ਕੋਈ ਛੁੱਟੀ ਨਹੀਂ ਹੈਗੀ ਪੰਜਾਬੀ ਦੇ ਪੇਪਰ ਦੇ ਦਿਨ ਤਾਂ ਤੁਸੀਂ ਇਹਨੂੰ ਜਲਦੀ ਜਲਦੀ ਦੇਖ ਸਕਦੇ ਹੋ ਅਗੇ 15 ਅਗਸਤ ਵੀ ਜਿਹੜਾ ਕਿ ਸੋਲਵ ਕੀਤਾ ਹੋਇਆ ਹੈ 15 ਅਗਸਤ ਜਾਣ ਪਛਾਨ ਆਜ਼ਾਦੀ ਸੰਗਰਾਮ ਸੁਤੰਤਰਤਾ ਦਿਵਸ ਮੁੱਖ ਸਮਾਗਮ ਸਮਾਗਮ ਪ੍ਰਾਂਤਾਂ ਦੇ ਸਮਾਗਮ ਸ਼ਾਰੰਸ਼ ਅਗੇ ਫੀਸ ਮਾਫੀ ਦੀ ਅਰਜੀ ਲਿਖਣੀ ਹੈ ਮੁੱਖ ਅਧਿਆਪਕ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਸ਼ ਸ਼ਹਿਰ ਅਗੇ ਫੀਸ ਮਾਫੀ ਲਈ ਬੇਨਤੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਪਿਤਾ ਜੀ ਬਹੁਤ ਗਰੀਬ ਸਨ ਉਹ ਇੱਕ ਦਿਹਾੜੇਦਾਰ ਹਨ ਉਹਨਾਂ ਦੀ ਆਮਦਨ ਬਹੁਤ ਘੱਟ ਹੈ ਸਾਡਾ ਪਰਿਵਾਰ ਬਹੁਤ ਵੱਡਾ ਹੈ ਮੇਰੇ ਤਿੰਨ ਭੈਣ ਭਰਾ ਹੋਰ ਪੜਦੇ ਹਨ ਅਮ ਦੰਦਾ ਹੋਰ ਕੋਈ ਵਸੀਲਾ ਨਹੀਂ ਹੈ ਇਸ ਲਈ ਘਰ ਦਾ ਸਾਰਾ ਖਰਚ ਪਿਤਾ ਜੀ ਨੂੰ ਹੀ ਉਠਾਉਣਾ ਪੈਂਦਾ ਹੈ ਮੇਰੇ ਪਿਤਾ ਜੀ ਨਾ ਚਾਹੁੰਦੇ ਹੋਏ ਵੀ ਮੈਨੂੰ ਸਕੂਲ ਤੋਂ ਹਟਾਉਣਾ ਚਾਹੁੰਦੇ ਹਨ ਕਿਉਂਕਿ ਉਹ ਸਾਡੇ ਸਕੂਲ ਦਾ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਮੇਰਾ ਪੜਨ ਨੂੰ ਬਹੁਤ ਦਿਲ ਕਰਦਾ ਹੈ ਮੈਂ ਪੜਾਈ ਵਿੱਚ ਬਹੁਤ ਹੁਸ਼ਿਆਰ ਹਾਂ ਮੈਂ ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਹਾਂ ਸੋ ਮੇਰੀ ਆਪ ਜੀ ਅੱਗੇ ਸਨਿਮਰ ਬੇਨਤੀ ਹੈ ਕਿ ਮੇਰੇ ਘਰ ਦੀ ਆਰਥਿਕ ਮਜਬੂਰੀ ਅਤੇ ਮੇਰੀਆਂ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੀ ਪੂਰੀ ਫੀਸ ਮਾਫ ਕੀਤੀ ਜਾਵੇ ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਪਰਮਜੀਤ ਸਿੰਘ ਰੋਲ ਨੰਬਰ 8ਵੀਂ A ਅਗੇ ਹੈਗਾ ਪਿੰਡ ਦੇ ਸਰਪੰਚ ਨੂੰ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੇ ਦਾ ਪਰਬੰਧ ਨੂੰ ਸੁਧਾਰਨ ਕਰਨ ਲਈ ਸੇਵਾ ਵਿਖੇ ਸਰਪੰਚ ਸਾਹਿਬ ਐਗਮ ਪੂਰਾ ਸ਼ਹਿਰ ਮੁਹੱਲੇ ਦੀ ਸਫਾਈ ਲਈ ਤੁਸੀਂ ਪੱਤਰ ਲਿਖ ਸਕਦੇ ਹੋ ਪੱਤਰ ਤੁਸੀਂ ਦੇਖ ਸਕਦੇ ਹੋ ਇਹਦਾ ਸਕਰੀਨਸ਼ਾਟ ਲੈ ਲਓ ਬੱਚਿਓ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਹੈ ਉਸ ਤੋਂ ਅੱਗੇ ਹੈਠ ਲਿਖੇ ਡੱਬਿਆਂ ਵਿੱਚੋਂ ਘੱਟੋ ਘੱਟ 8 ਆਰਥਿਕ ਸ਼ਬਦਾਂ ਨੂੰ ਜਿਹੜਾ ਕਿ ਤੁਸੀਂ ਲੈਣਾ ਹੈ ਲੜਾਈ, ਜ਼ਰੂਰ, ਸਿਰ, ਹਵਾ, ਬੇਨਤੀ ਇਹ ਦੇਖ ਸਕਦੇ ਹੋ ਇਹ ਵੀ ਸਾਨੂੰ ਪੇਪਰ ਦੇ ਵਿੱਚ ਆਊਗਾ। ਅੱਗੇ ਨੈਕਸਟ ਜਿਹੜਾ ਲਾਸਟ ਵਿੱਚ ਆਊਗਾ ਨਾਮ ਤੋਂ ਕੀ ਭਾਵ ਹੈ? ਉਹ ਸ਼ਬਦ ਜਿਹੜੇ ਕਿਸੇ ਸਥਾਨ, ਜੀਵ, ਵਿਅਕਤੀ, ਵਸਤੂ, ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਜਲੰਧਰ, ਸੁਨਿੰਦਰ, ਪਹਾੜ, ਕੁੱਤਾ, ਦੁੱਧ, ਸੁਗੰਧ। ਅੱਗੇ ਵਿਸ਼ੇਸ਼ਣ ਤੋਂ ਕੀ ਜਿਹੜਾ ਸ਼ਬਦ ਕਿਸੇ ਨਾਮ ਜਾਂ ਪ੍ਰਨਾਮ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦਾ ਇਸ ਉਹਨਾਂ ਨੂੰ ਆ ਆਮ ਹੀ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਚੰਗੀ ਕੁੜੀ ਬਹਾਦਰ ਗੱਭਰ ਦਸਵਾਂ ਹਿੱਸਾ 82 ਦਸਵਾਂ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਦਾ ਪੇਪਰ ਸੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਦਰੂਰ ਜਰੂਰ ਦੱਸਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ